और पिंड जे तो पंडे की मामला है तुहाडी कणक कौन नहीं वढण दिंदी मां, यार। एक मेरा पुत मतलब देश से आ, परदेसी आ, ते एक मेरा पुत जरा मतलब आर्मी च आ। उन्होंने दरखास्तां बड़ियां दित्तियां ने भी सानूं राह चाहीदा, ते असीं वेखो जी साडे पिछले झोने बारे साडी बर्बाद हो गई, ऐर कहीं बर्बाद, असीं दोवें जी कल्ले रहि ते आ फिर फिर परेशान करते आ, हैं कदी कुछ करते कदी कुछ करते नहीं। अहीं की ते मतलब इहो ही मंग करने अहीं बेनती सरकार गारी भी साडी फसल वड्ढी जाए, अहीं बड़े बेपरेशान आ, हैं बहुत परेशान है, अहीं अहीं दोवें जी कल्ले रहन डे आ। देखो ते माता जी, पैलियां च वेखो जी इदां ही मशीनां तुरियां, जूं साडी होश होई गया, एदी वड्डी गई ओदी वड्डी गई, हुण चुक्के ते किसे ने मशीन लंघा ही लैनी सिर ते, सारे साधन इदां ही जांदे आ। ओहदे हां ओ जाण वाले जिम्मेवार कौन ए है? होण लगे फिर, आहो जिहड़े वड्ढण इदां जिम्मेवार ते उहनां ने होणा। हां अहीं ते इहो सरकार अगे बेनती करने आ बार बार, अहीं दे बाकी पंज तरां सालां दी इहनां उम्र हो चली, 60 साल दी मेरी हो चली आ। मेरा नाम भजन सिंह आ, पिंड पिंड अपना पड्डे आ। की मामला की कणक ना मामला वड्डन इदा पे, अं पिंड तो बार बार डेरे ते रहने हाँ, साढ़े अगे रस्ता आता है नहर के नाल नाल, और रास्ता नहर वड्डी होने नाल रास्ता बंद हो गया। रास्ता बंद होने रास्ता बनाने की भी कोर्ट की, तो इन्होंने बंदे डकिया कितना बंदे ने। अज तो 6 महीने पहला डकिया सी, जोगा सिंह, लखविंदर सिंह, अमनदीप सिंह, तरनजीत सिंह। ਹੁਣ ਦਾ ਕੀ ਮਾਮਲਾ ਜਿਹੜਾ ਤੁਹਾਡੇ ਕਣਕ ਨਹੀਂ ਵੱਢਣ ਹੁਣ ਦਾ। ਦਾ ਜਿਹੜਾ ਮਾਮਲਾ, ਹੁਣ ਸਤ ਸਿੰਘ ਮਸ਼ੀਨ ਟੱਕ ਰਹੀ ਆ, ਉਹਦੀ ਪੈਲੀ ਆ ਮੇਰੇ ਇਸ ਪਾਸੇ। ਦੂਜੇ ਪਾਸੇ ਰਣਜੀਤ ਸਿੰਘ ਆ, ਜਿਹੜਾ ਦੋ ਘਰ ਸਲਾਹ ਕਰਕੇ ਤੇ ਡੱਕ ਦਿੰਦੇ ਆ ਤੇ ਧਮਕੀ ਦੇ ਦਿੰਦੇ ਮਸ਼ੀਨ ਵਾਲੇ ਨੂੰ, ਜੇ ਇਹਦੀ ਪੈਲੀ 'ਚ ਮਸ਼ੀਨ ਵਾੜੀ ਤਾਂ ਵਾਪਸ ਨਹੀਂ ਆਉਂਦੇ ਨੇ। ਇਸ ਕਰਕੇ ਹੁਣ ਮਸ਼ੀਨ ਵਾਲਾ ਵੀ ਕੋਈ ਡਰਦਾ ਨਹੀਂ ਆਉਂਦਾ, ਝਗੜੇ ਤੋਂ ਹਰ ਬੰਦਾ ਡਰਦਾ ਵਾ। ਮੇਰੀ ਇਹਨਾਂ ਪਿਛਲੀ ਵੀ ਫਸਲ ਖਰਾਬ ਕੀਤੀ, ਪੈਲੀ 'ਚ ਕਿਰ ਗਈ, ਪੈਲੀ ਵਿਹਲੀ ਕਰਕੇ ਫਿਰ ਮੈਂ ਕਣਕ ਬੀਜੀ, ਹੁਣ ਕਣਕ ਮੇਰੀ ਡੱਕੀ ਹੋਈ ਹੈ। ਕਿੰਨਾ ਕੁ ਰਕਬਾ ਜਿਹੜਾ ਤੁਹਾਡਾ ਜਿਹੜਾ ਕਣਕ ਦਾ ਸਾਡਾ ਕਣਕ ਦਾ ਰਕਬਾ 4 ਕਿੱਲੇ। ਇਹਦੇ ਸੰਬੰਧ 'ਚ ਕੋਈ ਤੁਸੀਂ ਪੁਲਿਸ ਨੂੰ ਕੋਈ ਕੰਪਲੇਂਟ ਵਗੈਰਾ ਕੀਤੀ ਹੈ? ਪੁਲਿਸ ਨੂੰ ਕੰਪਲੇਂਟ ਕੀਤੀ ਆ, ਹਾਂ ਦਰਖਾਸਤ ਦਿੱਤੀ ਹੈ। ਪੁਲਿਸ ਕੱਲ੍ਹ ਦੇ ਇੱਕ ਮੁਲਾਜ਼ਮ ਆਏ ਸੀ, ਮੌਕਾ ਵੇਖ ਕੇ ਹੀ। ਹੁਣ ਕੀ ਤੁਹਾਡੀ ਮੰਗ ਕੀ ਹੈ ਪ੍ਰਸ਼ਾਸਨ ਨੂੰ? ਸਾਨੂੰ ਤਾਂ ਮੰਗਿਆ ਵੀ ਸਾਡਾ ਪਹਿਲ ਦੀ ਆਧਾਰ 'ਤੇ ਰਾਹ ਬਣੇ, ਸਾਡੀ ਡੱਕੋ ਦੇ ਲੋਕ ਡੱਕਦੇ ਨਾ ਡੱਕਣ, ਅਤੇ ਬਾਕੀ ਆ ਮੌਕਾ 'ਤੇ ਤਾਂ ਮੇਰੀ ਕਣਕ ਵਢਾਈ ਜਾਵੇ। ਇੱਕ ਫਿਟ ਆਰਮੀ ਤੁਹਾਨੂੰ ਨਹੀਂ ਲੱਗਦਾ ਵੀ ਮਤਲਬ ਪੁੱਤਾਂ ਵਾਂਗੂ ਪੈਲੀ ਪਾਲੀ ਹੋਈ ਕਣਕ ਹੈ ਜਿਹੜੀ ਇਹ, ਤੇ ਰੋਕਣ ਦੇ ਆਏ ਪੁੱਤਾਂ ਵਾਂਗੂ ਛੱਡ ਕੇ ਜੀ ਮੈਂ ਖਪ ਕੇ ਮਰ ਗਿਆ। 6 ਮਹੀਨੇ ਪਿਛਲੀ ਫਸਲ ਵੀ ਮੇਰੀ ਡੱਕੀ, ਉਹ ਵੀ ਬਰਬਾਦ ਕੀਤੀ। ਹੁਣ ਫਸਲ ਆ ਪੁੱਤਾਂ ਵਾਂਗੂ ਪਾਲੀ ਆ, ਦਿਨ ਰਾਤ ਕਰਕੇ ਇਕੱਲਾ ਮੈਂ ਇੱਥੇ ਹਾਂ। ਮੇਰਾ ਪੁੱਤ ਆਰਮੀ 'ਚ ਦੇਸ਼ ਦੀ ਸੇਵਾ ਕਰ ਰਿਹਾ, ਇੱਕ ਮੇਰਾ ਪੁੱਤ ਵਿਦੇਸ਼ ਆ, ਇਹ ਤੰਗ ਕਰਦੇ ਜਾਣ ਬੁੱਝ ਕੇ। ਦੋਵੇਂ ਜੀ ਇਕੱਲੇ ਘਰ ਰਹਿਣ ਡੇ ਆ। ਮੰਨ ਲਓ ਜੇ ਤੁਹਾਡੀ ਫਸਲ ਨਹੀਂ ਵੱਢੀ ਤਾਂ ਫਿਰ ਕਿੰਨੇ ਕੁ ਦਾ ਨੁਕਸਾਨ ਮੰਨਦੇ ਜਦੋਂ? ਨੁਕਸਾਨ ਤਾਂ ਜੀ ਬਹੁਤ ਜ਼ਿਆਦਾ, ਪਿਛਲੀ ਫਸਲ ਦਾ ਹੋਇਆ, ਅਗਲੀ ਦਾ ਵੀ ਨੁਕਸਾਨ ਆ, ਲਗਭਗ 2 ਲੱਖ ਦੇ ਲਗਭਗ ਨੁਕਸਾਨ ਆ। ਹੁਣ ਕੀ ਮੰਗ ਹੈ ਤੁਹਾਡੀ ਪ੍ਰਸ਼ਾਸਨ ਤੋਂ? ਇਹੀ ਮੰਗ ਕਰਦੇ ਜੀ ਤੁਸੀਂ ਵੀ ਜਲਦੀ ਤੋਂ ਜਲਦੀ ਜਿਹੜੇ ਅਸੀਂ ਤਾਂ ਸਾਡੀ ਜਲਦ ਤੋਂ ਜਲਦ ਫਸਲ ਵੱਢੀ ਜਾਵੇ, ਬਰਬਾਦ ਨਾ ਹੋਵੇ। ਇਹਨਾਂ ਨੇ ਵੇਖੋ ਘਾਹ ਬੂਟ ਨੂੰ ਜਾਂ ਨਾਰ ਨੂੰ ਅੱਗ ਲਾਉਣੀ ਆ, ਜੇ ਕੱਲ੍ਹ ਨੂੰ ਸਾਡੀ ਕਣਕ ਦਾ ਨੁਕਸਾਨ ਹੋ ਜਾਂਦਾ ਤਾਂ ਜ਼ਿੰਮੇਵਾਰ ਇਹ ਹੋਣਗੇ। ਇਹਨਾਂ ਅੱਗੇ ਵੀ ਨੁਕਸਾਨ ਕੀਤਾ ਤੇ ਹੁਣ ਵੀ ਇਹ ਕਰਨਾ ਚਾਹੁੰਦੇ ਨੇ, ਤੇ ਬਹੁਤ ਨੁਕਸਾਨ ਕੀਤਾ ਮੇਰਾ। ਮੈਂ ਸਾਲ ਹੋ ਗਿਆ ਦਰਖਾਸਤਾਂ ਹਰ ਮਹਿਕਮੇ ਨੂੰ ਦਿੱਤੀਆਂ, ਨਹਿਰੀ ਨੂੰ, ਫਿਰ ਡੀਸੀ ਸਾਹਿਬ ਨੂੰ ਦਰਖਾਸਤ ਦਿੱਤੀ, SDM ਨੂੰ ਦਰਖਾਸਤ ਦਿੱਤੀ, ਕਈ ਥਾਈਂ ਦਰਖਾਸਤਾਂ ਦੇ ਚੁੱਕੇ ਹਾਂ ਅੱਗੇ, ਸਾਡੀ ਅੱਜ ਤੱਕ ਕੋਈ ਸੁਣਵਾਈ ਹੋਈ ਹੋਈ। 1 ਸਾਲ ਤੋਂ ਇਹ ਰਾਹ ਮੰਗ ਰਹੇ, ਸਾਡਾ ਰਾਹ ਕੋਈ ਨਹੀਂ ਬਣਿਆ। ਰਾਹ ਦਾ ਕਰਕੇ ਲੋਕ ਨੁਕਸਾਨ ਮੇਰਾ ਹੁੰਦਾ ਤੇ ਜਾਣ ਬੁੱਝ ਕੇ ਕਰਦੇ ਆ। ਜਸਪਿੰਦਰ ਕੌਰ ਤੁਹਾਡੇ ਪਤੀ ਦਾ ਕਿਲਾ ਰਣਜੀਤ ਸਿੰਘ ਕੀ ਮਾਮਲਾ ਹੈ? ਤੁਹਾਡੇ ਗਵਾਂਢ ਜਿਹੜੇ ਤੁਹਾਡੇ ਤੇ ਇਲਜ਼ਾਮ ਲਾਏ ਜਾ ਰਹੇ ਵੀ ਸਾਡੀ ਕਣਕ ਕੰਬਾਈਨ ਨਹੀਂ ਜਾਣ ਦੇ ਰਹੇ, ਰਸਤਾ ਨਹੀਂ ਦੇ ਰਹੇ। ਅਸੀਂ ਕਿਸੇ ਦਾ ਰਾਹ ਨਹੀਂ ਜੇ ਭਾਜੀ ਡੱਕਿਆ, ਅਸੀਂ ਨਾ ਕਿਸੇ ਨੂੰ ਕਿਹਾ ਕੁਛ ਨਾ ਡੱਕਿਆ ਵਾ, ਬਸ ਇਹੋ ਹੀ ਸਾਡੇ ਨਾਲ ਧੱਕਾ ਕਰਨ ਡਿਆ ਵਾ। ਕੰਧਾ ਕੁੰਧਾ ਤੁਹਾਡੇ ਸਾਹਮਣੇ ਵੇਖੋ, ਸਾਰਾ ਸੁੱਟ ਦਿੱਤੀਆਂ ਨੇ, ਸਾਰਾ ਕੁਛ ਸੁੱਟ ਛੜਿਆ ਵਾ। ਹੁਣ ਅਸੀਂ ਇੱਧਰ ਜਗ੍ਹਾ ਲਈ ਸੀ ਵੀ ਚੱਲ ਇੱਧਰ ਬਣਾ ਲੈਂਦੇ ਹਾਂ, ਇੱਧਰ ਵੀ ਆਣ ਕੇ ਤੇ ਇਸ ਤਰ੍ਹਾਂ ਹੀ ਉਹ ਕਰਦਾ ਵਾ, ਸੁੱਟ ਦਿੱਤਾ ਸਾਰਾ ਕੁਝ, ਕਦੇ ਮੂਤਣ ਦਾ ਪੈਂਦਾ, ਕਦੇ ਕੁਛ ਕਰਦਾ ਵਾ, ਕਦੇ ਲੈਟਰਿੰਗ ਕਰਨ ਦਾ ਪੈਂਦਾ ਵਾ। ਸਾਡੀਆਂ ਕੁੜੀਆਂ ਜਵਾਨਾਂ ਨੇ, ਜਿਹੜੀ ਬਸ ਤੁਹਾਡੀ ਸਾਨੂੰ ਪੈਲੀ ਕਰਨਾ ਦੇ ਬੰਨੇ ਨਾਲ ਬੰਨਾ ਲੱਗਦਾ ਤੇ ਉਧਰ ਥਾਨੇ ਉਹ ਕਹਿ ਰਹੇ ਕਿ ਸਾਨੂੰ ਕੰਬਾਈਨ ਲੰਘਾ ਕੇ ਜਿਹੜੀ ਕਣਕ ਵੱਢ ਲੈ ਦੇਣੀ ਚਾਹੀਦੀ, ਕੀ ਕਹਿਣਾ ਇਸ ਸਬੰਧੀ ਤੁਹਾਡਾ? ਨਹੀਂ ਅਸੀਂ ਨਹੀਂ ਉਧਰ ਲੰਘਣ ਦੇਣਾ ਆਪਣੇ, ਜਦੋਂ ਸਾਡਾ ਮੁੰਡਾ ਲੰਘਿਆ ਉਧਰ ਨੂੰ ਆਵਾਜ਼ਾਂ ਮਾਰਦਾ ਸੀ ਕਿਉਂ ਸਾਡੇ ਬੰਨੇ ਲੰਘਿਆ, ਤਾਂ ਅਸੀਂ ਕਿਤੇ ਨਹੀਂ ਲੰਘਣ ਦੇਣਾ। ਤੇ ਮੰਨ ਲਓ ਵੀ ਕੱਲ ਨੂੰ ਤੁਸੀਂ ਆਪਣੇ ਨਾਰ ਨੂੰ, ਕੱਲ ਨੂੰ ਘਾਹ ਫੂਸ ਨੂੰ ਤੁਸੀਂ ਅੱਗ ਲਾਉਂਦੇ, ਜੇ ਉਹਦੇ ਨਾਲ ਕੋਈ ਨੁਕਸਾਨ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ? ਜਿਹੜਾ ਲਾਏਗਾ ਉਹੀ ਹੋਏਗਾ। ਉਹਨਾਂ ਨੇ ਕਹਿਣਾ ਵੀ ਜੇ ਮਤਲਬ ਕੱਲ ਨੂੰ ਮੇਰੀ ਕਣਕ ਨੂੰ ਅੱਗ ਲੱਗ ਗਈ ਤਾਂ ਉਹਦੇ ਜ਼ਿੰਮੇਵਾਰ ਜਿਹੜੇ ਤੁਸੀਂ ਹੋ।
अपना सरकारी राज जिथे मर्जी लंघाए अखन डे।